पट्टी भी नहीं पकी। असि नानक सरवाए सी सारा टब्बर, अजे आउंदे डाक्टरां दे चले गए, पर किसे मां दा पुत इदां होना नहीं चाहीदा। सिद्धू नाल प्यार किवें दा सी, किवें दा अज भी तुसी जिद करके मम्मी डैडी नाल भी तुसी इत्थे आए? मैं सिद्धू नूं सारे सारे सिद्धू गाण दी सारे सिद्धू गाण दी सिद्धू नूं बहुत प्यार, सिद्धू नाल मेरा सिद्धू तो बहुत माण सीगा, पर सिद्धू ने इदा होनी नहीं चाहिए। नित कांटो वारसी क्रेट मिलूगी, तर मारे नाम ते डिबेट मिलूगी, सच बोलें दाता मिलू 295 जे करेंगे तरक्की ते हेट मिलूगी। ओके देखो मेरे भी आ, देखो निक्के निक्के जवाक ए हुणे तो सिद्धू मूसे वाले दे फैन आ। अज मान लो महीना हो चलिया इस काम ते, किसे ने मुद्दा कोई नहीं उठाउंदा। ओदे कातला नु गोली दी सजा क्यों नहीं दित्ती? क्यों कोई सरकार क्यों नहीं करदी? गोली दे बट्टे गोली मिलनी चाहीदी आ। ਜਿੱਥੇ ਜਗ੍ਹਾ ਦੇ ਵਿੱਚ ਸੰਸਕਾਰ ਕੀਤਾ ਹੈ ਉੱਥੇ ਫੁੱਲ ਬੂਟੇ ਲੱਗ ਰਹੇ ਨੇ, ਉੱਥੇ ਆਪਣੇ ਮੂਸੇ ਵਾਲੇ ਸਾਡੇ ਭਰਾ ਦਾ ਕੋਈ ਸਾਥੀ ਗੁੱਤ ਵੀ ਦੇ ਕੇ ਗਿਆ। ਮੈਂ ਸਾਥੀ ਨੂੰ ਕਿਹਾ ਕਿ ਆਪਾਂ ਦਰਸ਼ਨ ਕਰਨ ਚੱਲਦੇ ਹਾਂ। ਜਦ ਗੁਰੂ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਤਾਂ ਗੁਰੂ ਕਹਿੰਦਾ ਚਾਰ ਗਏ ਤੋਂ ਕਹਿ ਹੋਇਆ ਜੀਵਤ ਗਈ ਹਜ਼ਾਰ। ਇਸ ਕਰਕੇ ਮੈਂ ਉਹਨਾਂ ਦੇ ਮਾਤਾ ਅਤੇ ਪਿਤਾ ਨੂੰ ਕਹਿੰਦਾ ਹੈ ਕਿ ਤੁਹਾਡਾ ਇੱਕ ਬੱਚਾ ਚੱਲਿਆ ਗਿਆ ਪਰ ਜੀਵਤ ਗਈ ਹਜ਼ਾਰ ਨੇ। ਉਹ ਵੇਖੋ ਕਿੰਨੇ ਆਦਮੀ ਨੇ ਜਿਹੜੇ ਅੱਜ ਸ਼ੁਭਦੀਪ ਨੂੰ ਯਾਦ ਕਰ ਰਹੇ ਨੇ। ਕਿਸੇ ਮਾਂ ਦਾ ਪੁੱਤ ਸੀਗਾ, ਪਰ ਸਾਡਾ ਵੀ ਪੁੱਤ ਸੀ, ਸਾਡਾ ਵੀ ਪਰ ਸਿੱਧੂ ਉਹ ਤਾਂ ਸਾਨੂੰ ਸਿੱਧੂ ਤੋਂ ਬਹੁਤ ਮਾਣ ਸੀਗਾ, ਪਰ ਸਿੱਧੂ ਨੂੰ ਇੱਦਾਂ ਹੋਣੀ ਨਹੀਂ ਚਾਹੀਦੀ। ਪਰ ਉਹਦੇ ਕਾਤਲਾਂ ਨੂੰ ਗੋਲੀ ਦੀ ਸਜ਼ਾ ਕਿਉਂ ਨਹੀਂ ਦਿੱਤੀ? ਕਿਉਂ ਕੋਈ ਸਰਕਾਰ ਕਿਉਂ ਨਹੀਂ ਕਰਦੀ? ਗੋਲੀ ਦੇ ਵੱਟੇ ਗੋਲੀ ਮਿਲਣੀ ਚਾਹੀਦੀ ਆ। ਕਿਉਂ ਨਹੀਂ ਗੋਲੀ ਦੇ ਵੱਟੇ ਗੋਲੀ ਦੇਵੇ? ਸਰਕਾਰ ਉਹਨਾਂ ਨੂੰ ਦੇ ਦਿੰਦੀ ਆ ਸਜ਼ਾ, ਉਹ ਫਿਰ ਆ ਜਾਂਦੇ ਆ, ਉਹ ਫਿਰ ਲੋਕਾਂ ਦੇ ਕਤਲ ਕਰ ਦਿੰਦੇ ਆ। ਕਿਉਂ ਨਹੀਂ ਬਣਦੇ? ਲੋਕ ਕਿਉਂ ਬਣਦੇ? ਸਾਰੀ ਸਰਕਾਰਾਂ ਦੀਆਂ ਚਾਲਾਂ ਵਾ, ਅਤੇ ਸਰਕਾਰਾਂ ਨੇ ਕਰਾਇਆ ਸਾਰਾ ਕੰਮ। ਕਿਹਨੇ ਕਰਾਇਆ? ਸਰਕਾਰਾਂ ਨਹੀਂ ਕਰਾਇਆ, ਸਰਕਾਰਾਂ ਹੀ ਕਰਾਉਂਦੀਆਂ। ਹੁਣ ਤਾਈਂ ਕੀ ਕਰਦਾ? ਸਿੱਧੂ ਤਾਂ ਇੱਕ ਜਰ ਨਹੀਂ ਸਕਿਆ, ਇੱਕ ਚੜ੍ਹਾਈ ਨਹੀਂ ਜਰ ਸਕੀ। ਇਹ ਵੀ ਮਾਂ ਦਾ ਪੁੱਤ ਸੀਗਾ, ਇੱਕ ਇਹ ਪਿੰਡ 'ਚ ਰਹਿੰਦਾ ਕਰਕੇ ਕਿ ਲੋਕਾਂ ਨੇ ਚੱਕਿਆ ਨੂੰ 15 ਮਿੰਟ ਉਹ ਜਿਉਂਦਾ ਰਿਹਾ ਕਿ ਨਹੀਂ। ਪਰ ਉਹਨਾਂ ਨੂੰ ਚਾਹੀਦਾ ਸੀਗਾ, ਪਰ ਉਹਨਾਂ ਨੂੰ ਸਜ਼ਾ ਕਾਤਲਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਆ। ਬਸ ਸਜ਼ਾ ਦੇਣ ਉਹਨੂੰ। ਕਿਸੇ ਮਾਂ ਦਾ ਪੁੱਤ ਆ ਜੋ ਅੰਦਰ ਤੜਫਦੀਆਂ ਬਹੁਤ ਜ਼ਿਆਦਾ। ਅਸੀਂ ਵੀ ਬਹੁਤ ਦੁਖੀ ਹਾਂ, ਅਸੀਂ ਵੀ ਮਹੀਨੇ ਦੇ ਬਿਮਾਰ ਪਏ ਹਾਂ। ਇੱਕ ਮਹੀਨਾ ਹੋ ਗਿਆ ਸਾਡੇ ਘਰ ਰੋਟੀ ਵੀ ਨਹੀਂ ਪੱਕੀ। ਅਸੀਂ ਨਾਨਕ ਸਰਵਾਏ ਸੀ ਸਾਰਾ ਟੱਬਰ, ਅਜੇ ਆਉਂਦੇ ਡਾਕਟਰਾਂ ਦੇ ਚਲੇ ਗਏ, ਪਰ ਕਿਸੇ ਮਾਂ ਦਾ ਪੁੱਤ ਇੱਦਾਂ ਹੋਣਾ ਨਹੀਂ ਚਾਹੀਦਾ। ਪਰ ਜਿਹੜਾ ਸਾਰਾ ਪੰਜਾਬ ਰੋਇਆ ਉਹਨੂੰ, ਉਹ 'ਚ ਵੀ ਕੋਈ ਰੱਬ ਹੀ ਵੱਸਦਾ ਸੀ, ਪਰ ਉਹਨੂੰ ਸਾਰੀ ਦੁਨੀਆ ਰੋਈ। ਪਰ ਇਹ ਸਾਰੇ ਭਗਵੰਤ ਮਾਨ ਨੇ ਵੀ ਜੇ ਸਕਿਉਰਟੀ ਖੋਈ ਤਾਂ ਐਡਾ ਕੰਮ ਹੋਇਆ, ਉਹ ਵੀ ਸਕਿਉਰਟੀ ਨਾ ਖੋਹਦਾ। ਜਦੋਂ ਉਹਨੂੰ ਪਤਾ ਸੀ ਡਾਰਾ, ਉਹਨੇ ਭਗਵੰਤ ਮਾਨ ਨੇ ਵੀ ਕੀ ਕੰਮ ਕੀਤੇ? ਮੈਂ ਬੁੜੀਆਂ ਨੂੰ ਪੈਨਸ਼ਨਾਂ ਦੇ ਪੈਸੇ ਪਾਊਂ, ਮੈਂ ਆਹ ਕਰ ਦੂੰ, ਮੈਂ ਆਹ ਕਰ ਦੂੰ, ਕੁਛ ਵੀ ਨਹੀਂ ਕਰਿਆ ਉਹਨੇ। ਕੀ ਨਹੀਂ ਕਰਿਆ? ਦੁਨੀਆ ਨੇ ਝਾੜੂ ਨੂੰ ਵੋਟਾਂ ਪਾਈਆਂ, ਕਿਹਨੇ ਨਹੀਂ ਪਾਈਆਂ? ਕੁਛ ਨਹੀਂ ਕਰਦਾ ਕੋਈ ਇੱਥੇ, ਕਿਹਦੀ ਸਰਕਾਰ ਆ? ਬਸ ਆਪਦਾ ਅਗਲੇ ਚਲਾ ਕੇ ਢਿੱਡ ਭਰ ਕੇ ਬਹਿ ਜਾਂਦੇ ਆ, ਕਿਸੇ ਨੂੰ ਕੋਈ ਨਹੀਂ ਪੁੱਛਦਾ ਵੀਰੇ। ਸਭ ਦੁਨੀਆ ਇੱਥੇ ਚੱਲ ਵਾਜ ਆ। ਜਗਰਾਉਂ ਤੋਂ ਆਏ ਹਾਂ ਅਸੀਂ ਅੱਜ ਬਾਈ ਦੀ ਮਸੀਤ 'ਤੇ, ਮੱਥਾ ਟੇਕਣ ਆਏ ਸੀਗੇ ਅਤੇ ਮਾਂ ਪਿਓ ਨੂੰ ਮਿਲਣ ਆਏ ਸੀ। ਸਾਡੇ ਵੀ ਦਿਲ 'ਚ ਬਹੁਤ ਵੱਡਾ ਦਰਦ ਆ, ਕਿਉਂਕਿ ਦੇਖੋ ਮੇਰੇ ਵੀ ਆ, ਦੇਖੋ ਨਿੱਕੇ ਨਿੱਕੇ ਜਵਾਕ ਆ, ਇਹ ਹੁਣੇ ਤੋਂ ਸਿੱਧੂ ਮੂਸੇ ਵਾਲੇ ਦੇ ਫੈਨ ਆ। ਮੰਨ ਲਓ ਜੇ ਇਹ ਵੱਡੇ ਹੋ ਕੇ ਕੱਲ੍ਹ ਨੂੰ ਕੋਈ ਇਹਨਾਂ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਮੈਨੂੰ ਪਤਾ ਵੀਰੇ ਮੇਰਾ ਮਨ ਕੀ ਜਾਣਦਾ, ਜਾਂ ਉਹਨਾਂ ਦੇ ਮਾਂ ਪਿਓ ਨੂੰ ਪਤਾ, ਜਾਂ ਜਿਹੜੀ ਸਿੱਧੂ ਵੀਰੇ ਨਾਲ ਹੋਈ ਹੈ ਉਹਨੂੰ ਪਤਾ। ਪਰ ਜਿਹੜੀ ਅਸਲੀਅਤ ਗੱਲ ਹੈ ਵੀਰੇ, ਜੋ ਸਰਕਾਰਾਂ ਨੇ ਕਰਾਇਆ ਇਹ ਕੰਮ, ਅੱਜ ਮੰਨ ਲਓ ਮਹੀਨਾ ਹੋ ਚੱਲਿਆ ਇਸ ਕੰਮ 'ਤੇ, ਕਿਸੇ ਨੇ ਮੁੱਦਾ ਕੋਈ ਨਹੀਂ ਉਠਾਉਂਦਾ। ਹਰ ਕੋਈ ਬੰਦੇ, ਵੈਸੇ ਵੀਰੇ ਬਹੁਤ ਆਉਂਦੇ ਹੋਣੇ, ਤੁਸੀਂ ਵੀਡੀਓ ਬਹੁਤ ਦੇਖੀਆਂ ਹੋਣਗੀਆਂ, ਹਰ ਕੋਈ ਬੰਦਾ ਇਹੀ ਗੱਲ ਕਹਿੰਦਾ ਹੋਊ ਵੀ ਅੱਜ ਸਿੱਧੂ ਮੂਸੇਵਾਲੇ ਦੇ ਆਹ ਟਰੈਕਟਰ, ਅੱਜ ਕੁੱਤੇ ਨੂੰ ਹੋ ਗਿਆ, ਜੋ ਹੋ ਗਿਆ, ਜੋ ਹੋ ਗਿਆ। ਕੋਈ ਬੰਦਾ ਇਹ ਗੱਲ ਨਹੀਂ ਕਹਿੰਦਾ ਵੀ ਜਿਹੜੇ ਬੰਦਿਆਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਨੂੰ ਸਜ਼ਾ ਦਿਓ, ਠੀਕ ਹੈ ਨਾ? ਮੰਨ ਲਓ ਜੇ ਆਪਣੇ ਵਿੱਚ ਆਪਾਂ ਪੰਜਾਬੀ ਹਾਂ, ਪੰਜਾਬੀ 'ਚ ਅਣਖ ਹੁੰਦੀ ਵੀਰੇ ਵੀ ਜੇ ਅੱਜ ਮੇਰੇ ਭਰਾ ਨੂੰ ਮਾਰਿਆ ਤਾਂ ਮੈਂ ਵੀ ਮਾਰੂੰਗਾ। ਐਡਾ ਵੱਡਾ ਸੂਰਮਾ ਪੰਜਾਬ ਦਾ, ਜਿਹਨੇ ਐਡਾ ਵੱਡਾ ਆਹ ਨਵੀਂ ਜਨਰੇਸ਼ਨ ਨੂੰ, ਅੱਜ ਕੱਲ੍ਹ ਸਾਨੂੰ ਉਹ ਚੀਜ਼ਾਂ ਨਹੀਂ ਪਤਾ ਜਿਹੜੀਆਂ ਨਵੇਂ ਆਹ ਨਿੱਕੇ ਨਿੱਕੇ ਬੱਚਿਆਂ ਨੂੰ ਜਨਰੇਸ਼ਨ ਸਿਖਾ ਗਿਆ, ਜੋ ਗਾਣਿਆਂ 'ਚ ਕਹਿ ਗਈਆਂ ਗੱਲਾਂ ਵੀ ਗੱਲ ਦੀ ਪੀੜ੍ਹੀ ਐਜੂਕੇਟ ਬਣੂਗੀ। ਇਹ ਐਜੂਕੇਟ ਹੋ ਗਏ ਆ ਗੱਲਾਂ ਸੁਣ ਸੁਣ ਕੇ। ਅੱਜ ਕੱਲ੍ਹ ਇਹਨਾਂ ਦੇ ਨਿੱਕੇ ਜਿਹੜੀ ਹੁਣ ਇਹਨਾਂ ਦੇ ਦਿਮਾਗ 'ਚ ਗੱਲ ਪੈ ਗਈ ਨਾ, ਇਹ ਸਾਰੀ ਉਮਰ ਵੀਰੇ ਨਿਕਲਣੀ ਨਹੀਂ। ਜੋ ਪਾਣੀ ਵਾਲੀਆਂ ਗੱਲਾਂ ਹੋ ਗਈਆਂ, ਜੋ ਸਰਕਾਰਾਂ ਵਾਲੀ ਗੱਲਾਂ ਹੋ ਗਈਆਂ, ਪਾਣੀ ਦੇ ਹੱਕ 'ਚ ਗੱਲਾਂ ਹੋ ਗਈਆਂ, ਇਹਨਾਂ ਨਿੱਕੇ ਜਵਾਕ ਨੂੰ ਪੁੱਛ ਕੇ ਦੇਖੋ ਸਾਰੇ ਗੀਤ ਚੇਤੇ ਇਹਨਾਂ ਨੂੰ। ਅਸੀਂ ਵੀ ਸਿੱਧੂ ਹਾਂ, ਪਰ ਵੈਸੇ ਨਹੀਂ ਸਿੱਧੂ, ਮੈਂ ਜੇ ਮੈਂ ਸਿੱਧੂ ਹਾਂ ਤਾਂ ਮੈਨੂੰ ਸਿੱਧੂ ਤਾਂ ਡਰਦਾ ਵੀਰੇ।
वैसे भी किसी धी पुत जो जाता ना घरों वीरे उन्होंने पता गल लोग बहुत करी जाते वीरे पर असली गल वीरे ये उन्होंने अंदर बिठा के बंदे सारा कुछ मिल रहा उन्होंने एक बंदे बंदे कह देंगे अज कोई मैं कांड कर देना बंदे ने मेरी दरखास्त लिखा दी मैं दूजे दिन चक लेंगे मैं आम बंदा इस करके और बंद की पहुँच बनी हुई है उन्होंने अंदर सारा कुछ मिल रहा जो बंद ने जिम्मेदारी चक ली जो बंद ने पोस्ट ही पाती भी मैं जिम्मेदारी ये बंद चकदा तो उन्होंने इनकाउंटर क्यों नहीं करते इनकाउंटर होना चाहिए जे कोई गलत बंद मारता फिर तो अगला कहे भी हाँ यार गलत बंद थी इन्हू मारता जो सही बंद यह जो काम करते फिर उन्होंने इनकाउंटर होना ही चाहिए। हाँ जी अपना सच फिर यही है गवाही यही है भी बस गोली वट्टे गोली देनी चाहिए जे बंद ने गलत काम किया मीडिया की बन दे आज एक झूठ बोल दे बार बार बैठ के जनानिया ना कर ले चुगलियां ते शोदा नाम रख दे चज दा विचार शाम ते सवेरे पाल दे व्यापार ने कुछ इत चांदी चमकाना चाहते ने कुछ तेन फट थले लाना चाहते ने कुछ कले आए भुके फिल्म नाम लाके तेरा अगे आना चाहते ने मुसीबत मरद पी रही है दबी ने तू दुनिया स्वाद लेंदी है ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹੈ ਰੇਟ ਮਿਲੂਗੀ ਨਿਤ ਕਟੋ ਵਰਸ਼ੀ ਕਰੇਟ ਮਿਲੂਗੀ ਕਰਮਾ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਸਿੱਧੂ ਇਨਸਾਫ ਲਈ ਲਾਰੈਂਸ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਿੱਧੂ ਨੂੰ ਚਾਹਣ ਵਾਲੇ ਪੰਜਾਬ ਕੀ ਪੂਰੇ ਇੰਡੀਆ ਕੀ ਪਾਕਿਸਤਾਨ ਦੇ ਵਿੱਚ ਬੈਠੇ ਨੇ ਬਾਹਰਲੇ ਦੇਸ਼ਾਂ 'ਚ ਬੈਠੇ ਹੋਏ ਨੇ ਪਰ ਦਿਲ ਸਭ ਦੇ ਰੋ ਰਹੇ ਨੇ ਅੱਖਾਂ ਰੋ ਰਹੀਆਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਸਿੱਧੂ ਦੇ ਪਿੰਡ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਭਾਵੇਂ ਉਹ ਜ਼ਖਮੀ ਕਿਉਂ ਨਾ ਵੀ ਸਿੱਧੂ ਦੇ ਘਰ ਜਾਈਏ ਮਾਂ ਪਿਓ ਨਾਲ ਮਿਲ ਕੇ ਆਈਏ ਇੱਕ ਅਜਿਹੀ ਤਸਵੀਰ ਹੈ ਭੈਣ ਕਿ ਸਿੱਧੂ ਦੇ ਪਹਿਲਾਂ ਹੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ ਅਤੇ ਇਹਨਾਂ ਦੇ ਆਪਰੇਸ਼ਨ ਤਕਰੀਬਨ 4-5 ਆਪਰੇਸ਼ਨ ਹੋ ਚੁੱਕੇ ਨੇ ਅਤੇ ਕੋਮਾ ਦੇ ਵਿੱਚ ਵੀ ਰਹਿੰਦੇ ਨੇ ਤਾਂ ਭੈਣੇ ਨਾਮ ਕੀ ਹੈ ਤੁਹਾਡਾ ਜੋਤੀ ਕੌਰ ਬਈ ਜੋਤੀ ਕੌਰ ਤਾਂ ਇਹ ਮਤਲਬ ਕਾਫੀ ਦੂਰ ਤੋਂ ਇਹਨਾਂ ਨੂੰ ਮਿਲਣ ਆਏ ਨੇ ਸਿੱਧੂ ਦੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਏ ਨੇ ਤਾਂ ਇੱਥੇ ਜਿਹੜੀ ਥਾਂ ਬਣੀ ਆ ਸਥਾਨ ਬਣਿਆ ਉੱਥੇ ਮਿਲਣਾ ਇਹਨੇ ਸਿੱਧੂ ਨਾਲ ਪਿਆਰ ਕਿਵੇਂ ਦਾ ਸੀ ਕਿਵੇਂ ਦਾ ਅੱਜ ਵੀ ਤੁਸੀਂ ਜਿੱਦ ਕਰਕੇ ਮੰਮੀ ਡੈਡੀ ਨਾਲ ਵੀ ਤੁਸੀਂ ਇੱਥੇ ਆਏ ਹੋ ਮੈਂ ਸਿੱਧੂ ਨੂੰ ਸਾਰੇ ਦਸਾਂ ਸਿੱਧੂ ਗਾਣ ਦੀ ਸਿੱਧੂ ਦਾ ਗਾਣ ਦੀ ਮੈਂ ਸਿੱਧੂ ਨੂੰ ਬਹੁਤ ਪਿਆਰ ਸਿੱਧੂ ਨਾਲ ਮੇਰਾ ਮੇਰਾ ਭਰਾ ਬਾਈ ਜੀ ਵੀਰੋ ਮੈਨੂੰ ਵੀ ਨਾਲ ਲੈ ਚੱਲ ਵੀਰੋ ਮੈਨੂੰ ਵੀ ਨਾਲ ਲੈ ਚੱਲ ਬਸ ਐਂ ਕਹੀ ਜਾਂਦੇ ਵੀ ਬਾਈ ਜੀ ਮੈਨੂੰ ਤੜਕੇ ਵੀ ਇਹਨੇ ਕਿਹਾ ਕਹਿੰਦੀ ਮੰਮੀ ਜੇ ਮੈਂ ਮੁੱਕ ਗਈ ਮੇਰਾ ਸੰਸਕਾਰ ਵੀ ਉੱਥੇ ਕਰਨਾ ਬਾਈ ਜੀ ਦੇ ਕੋਲ ਹੀ ਕਰਨਾ ਤੇ ਇਹ ਗੱਲ ਕਹਿੰਦੇ ਬਾਈ ਉਹਦਾਂ ਦੀ ਰੋਈ ਜਾਂਦੇ ਰੋਟੀ ਵੀ ਨਹੀਂ ਖਾਂਦੀ ਤੇ ਆ ਫੋਨ ਵੀ ਲੈ ਕੇ ਦੇਤਾ ਇਹਨੂੰ ਅਸੀਂ ਘਰੇ ਵੀ ਅਸੀਂ ਇਹਨੂੰ ਟੀਵੀ 'ਚ ਵੀ ਪੈਸੇ ਪਵਾ ਕੇ ਰੱਖਦੇ ਹਾਂ ਵੀ ਇਹਦੇ ਦਿਮਾਗ 'ਤੇ ਕੋਈ ਟੈਨਸ਼ਨ ਨਾ ਆਵੇ ਫਿਰ ਵੀ ਇਹ ਕਹਿੰਦੀ ਮੈਨੂੰ ਉੱਥੇ ਜਾਣਾ ਹੀ ਆ ਬਾਈ ਜੀ ਦੇ ਪਿੰਡ ਮੈਨੂੰ ਲੈ ਕੇ ਚੱਲ ਮੰਮੀ ਜੀ ਤਾਂ ਮੈਨੂੰ ਲੈ ਕੇ ਇੱਥੇ ਅੱਛਾ ਉਹਨਾਂ ਦੇ ਮੰਮੀ ਡੈਡੀ ਨਾਲ ਮੁਲਾਕਾਤ ਕਰ ਹਾਂਜੀ ਵੀਰੇ ਪਾ ਲੇ ਮੇਰੀ ਬੇਟੀ ਤੇ ਮਸਾਂ ਇਹਨੂੰ ਰੋਟੀ ਅਸੀਂ 5 ਦਿਨ ਸਾਡੇ ਬੱਚਿਆਂ ਨੇ ਰੋਟੀ ਨਹੀਂ ਖਾਧੀ ਮੇਰਾ ਬੇਟਾ ਸੰਸਕਾਰ 'ਤੇ ਵੀ ਆਇਆ ਭੋਗ 'ਤੇ ਵੀ ਆਇਆ ਬਹੁਤ ਹੀ ਦੁੱਖ ਮਨਾਇਆ ਸੀ ਹੁਣ ਮੈਂ ਵੀ ਬਾਈ ਜੀ ਜਦੋਂ ਆਉਂਦੀ ਹਾਂ ਮੈਂ ਇਹਦੀਆਂ ਖਬਰਾਂ ਦੇਖਦੀ ਹਾਂ ਬਾਈ ਜੀ ਦੀਆਂ ਆ ਕੇ 11 ਵਜੇ ਆਉਂਦੀ ਹਾਂ ਮੈਂ ਉੱਥੇ ਝਾੜੂ ਲਾਉਣੀ ਹੈਗੀ ਆ ਕੇ ਮੈਂ ਉਦੋਂ ਵੀ ਮੈਂ ਖਬਰਾਂ ਦੇਖਦੀ ਹਾਂ ਬਾਈ ਜੀ ਦੀਆਂ ਆਥਣੇ ਵੀ ਮੈਂ 8 ਵਜੇ ਉਹਦੀਆਂ ਖਬਰਾਂ ਦੇਖਦੀ ਦੇਖ ਕੇ ਅਸੀਂ ਫਿਰ ਸਾਰਾ ਪਰਿਵਾਰ ਅਤੇ ਇਹਦੇ ਬਿਚਾਈ ਦਾ ਬਹੁਤ ਇਹਦਾ ਬਹੁਤ ਮਾੜੀ ਗੱਲ ਹੋਈ ਬਾਈ ਜੀ ਉਹਨਾਂ ਨੂੰ ਵੀ ਬਾਈ ਐਵੇਂ ਹੀ ਸਜ਼ਾ ਮਿਲਣੀ ਚਾਹੀਦੀ ਆ ਜਿਵੇਂ ਇਹ ਮਾਂ ਦਾ ਪੁੱਤ ਮਾਰਿਆ ਉਵੇਂ ਜੁੱਕਰੀ ਉਹਨਾਂ ਨੂੰ ਵੀ ਗੋਲੀ ਵੱਜਣੀ ਚਾਹੀਦੀ ਆ ਬਾਈ ਮੈਂ ਇਹ ਚਾਹੁੰਦੀ ਹਾਂ ਤਕਰੀਬਨ ਮਹੀਨੇ ਤੋਂ ਉੱਤੇ ਹੋ ਗਿਆ ਸਿੱਧੂ ਦੇ ਜਿਹੜੇ ਕਤਲ ਨੂੰ ਪਰ ਇਨਸਾਫ ਦੀ ਗੁਹਾਰ ਲਗਾਤਾਰ ਹੈ ਪਰ ਉਹਨਾਂ ਦੀ ਜਿਹੜੀ ਇੱਕ ਜਗ੍ਹਾ ਬਣਾਈ ਗਈ ਸਥਾਨ ਬਣਾਇਆ ਗਿਆ ਉੱਥੇ ਸਾਰੇ ਪਹੁੰਚ ਰਹੇ ਨੇ ਅਤੇ ਇੱਥੇ ਲੋਕ ਵੀ ਪਹੁੰਚਦੇ ਨੇ ਤਾਂ ਇੱਥੇ ਹਰ ਕੋਈ ਆਉਂਦਾ ਤਾਂ ਇੱਕ ਮੂਰਤੀ ਵੀ ਸਿੱਧੂ ਦੀ ਜਿਹੜੀ ਲਗਾਈ ਗਈ ਹੈ ਤਾਂ ਤੁਸੀਂ ਇੱਥੇ ਆਏ ਹੋ ਸਿੱਧੂ ਦੇ ਬਾਗ ਜਿਹੜਾ ਲਗਾ ਦਿੱਤਾ ਹੈ ਅਮਰੂਦ ਵਗੈਰਾ ਮਤਲਬ ਕਾਫੀ ਬੂਟੇ ਲੱਗੇ ਨੇ ਤਾਂ ਕਿਵੇਂ ਦੇ ਜ਼ਿਆਦਾ ਸਿੱਧੂ ਨਾਲ ਜੁੜੀਆਂ ਹੋਈਆਂ ਜਿੱਥੋਂ ਤੱਕ ਅਸੀਂ ਵੇਖਦੇ ਹਾਂ
कि सिद्धू दे जो फादर साहब कह रहे हैं कि असी ग्राउंड लेवल तो एक लेवर तो उठे हुए इंसान से, क्योंकि उन्होंने मेहनत की, मेहनत करके जिहड़ा शुभदीप है वो मतलब कि 5 सालों के इन्नी तरक्की कर गया सी कि कुछ लोगों वो तरक्की है जिहड़ी हजम नहीं हुई। तो सब तो वड्डा सानू दुख हुंदा है कि इस इंसान ने जिंदगी दे विच जो भी गीत गाए ने मेरे ख्याल च कोई गंदे गीत नहीं गाए। सब तो वड्डी मैं वेखदा कि औरतां दे नाल स्टेजां दे विच किन्ने आदमी कलाकार गीत गा रहे ने, पर वो आदमी कल्ला गीत गाउंदा सीगा। जिथों तक साढ़े पूरे पंजाब दे विच इंडिया दे विच अज असी इस परिवार दे जां पिता जी दे जिहड़े दर्द है, जे उस दर्द नूं असी ये समझदे हैं कि ये परिवार, क्योंकि मैं खुद मानसा दा रहण वाला हैं, तो साढ़े इस एरिए दी दुर्भागी घटना यह है कि कोई भी आदमी, महत्वपूर्ण आदमी, एक वधिया साडे डिस्ट्रिक्ट का विकास करन वाला उठदा है तो उसनू ये लोग सह नहीं सकते। तो मूसा वाला जिहड़ा साडा कलाकार है, जिस आदमी का एडा वड्डा पूरे विदेश दे विच होल्ड है, इत्थों तक कि मुसलमान साडे साथी रोए, गोरे रोए, तो वख वख देशां दे विच किन्ने लोग रोए जदों कि रोए इस काम नूं कि उस आदमी ने साडे जिहड़े बच्चियां नूं है, साडे बच्चियां दे भविख बारे है जो गीत है वह बहुत वधिया लिखे। तो अज के मौके पर असी इत्थे अपने मूसे पिंड दे विच भोग दे विच आए सी। मेरे साथियों ने वीडियो वेख रहा कि मूसे वाले साथी दे जिथे जगह दे विच संस्कार किया है उत्थे फुल बूटे लग रहे ने, उत्थे अपने मूसे वाले साढ़े भरा दा कोई साथी बुत भी देख गया है। मैं साथी नूं कहा कि आपां दर्शन करन चलते हैं। जब दर्शन करन चले तो मेरे मन दे विच सीना पड़ गया कि वह पिता, जब पिता अपने पुत का संस्कार कर जाता है तो वह सिर तो पग उठा पग है वह चक लैंदा है कि लोको तुसीं मेरी पग दी है जिहड़ी कदर करो। पर अज असी सारे मानसा दे सारे पंजाब दे लोग इस जिहड़ा परिवार दे विच असी दुख हमदर्द करन आए हैं और कहण वाले हैं आए हैं कि सिद्धू मूसे वाला साडा वह भरा सी जां वह बच्चा सी जिहड़ा कि आने वाले समय दे विच सानू मानसा डिस्ट्रिक्ट नूं ऐसे वड्डे होस्पिटल दे के जाने सी जिथे कि साढ़े हज़ारा लोगों नूं कम कार मिलना सी। साढ़े हज़ारा लोग जो बेरोजगार फिरदे ने वो वधिया होस्पिटल दे विच है कम कर सकदे सी। इसलिए असी अज जिहड़े इस पिंड दे विच आए हैं और कितने आदमी आए ने, तो अज असी वो परिवार दे नाल, उहदे पिता जी दे नाल, उहदा माता जी नाल कि कल्ला तुहाडा जिहड़ा बच्चा है वह शुभदीप दी सी, होर हज़ारा बच्चे ने जब गुरु साहब जी ने कुरबानी दिती तो गुरु कहिंदा चार गए तो क्या होया जीवत गई हज़ार। इस करके मैं उन्होंने माता ते पिता नूं कहना है कि तुहाडा एक बच्चा चलिया गया पर जीवत कई हज़ार ने, और वेखो किन्ने आदमी ने जिहड़े अज शुभदीप नूं याद कर रहे ने। हाँ, जिहड़ा सिद्धू नूं भावें कि वह साडे विच नहीं रहा पर सिद्धू दे जिहड़ी अज हमदर्दी है जां जां लोकां दे विच प्यार है तो हज़ारां दे गिणती दे विच उन्हां दे परिवार दे नाल जिस जगह दे उत्ते शुभदीप दा जिहड़ा संस्कार कीता है उत्थे हज़ारां दी गिणती दे विच उसे तरी पहुँच रहे ने जिस तरह कि वह जीवत सीगा, वह जिउंदा सी, वह कम कर रहा सी। ते इसलिए असी यह भी मंग करते हैं कि शुभदीप दा जिन्हां ने भी लोगों ने कतल किया उसकी जाँच होनी चाहिए है ता जो कि अगे तो है किसी गरीब का, किसी एक इंसान का जरा इको एक पुत्र है ज माँ का पुत्र है वह खोया ना जाए, अगे तो पंजाब दे विच ये कतलेआम बंद होना चाहिए है।